ਦਿੱਲੀ ਦੇ ਵਿੱਚ ਨਵਾਂ ਫੈਸਲਾ ਹੋਇਆ, ਤੀਜੀ ਵਾਰ ਮਹਿਲਾ ਮੁੱਖ ਮੰਤਰੀ ਮਿਲੇ ਆ, ਆਮ ਆਦਮੀ ਪਾਰਟੀ ਵੱਲੋਂ ਕੀ ਕਹਿਣਾ ਚਾਹੁੰਗਾ? ਦੇਖੋ ਜੀ, ਕਿਉਂਕਿ ਦੋ ਦਿਨ ਪਹਿਲਾਂ ਹੀ ਤੈਅ ਜਿਹੜਾ ਹੋ ਗਿਆ ਸੀਗਾ ਕਿ ਅਰਵਿੰਦ ਜੀ ਨੇ ਜਿਹੜਾ ਉਹ ਰਿਜ਼ਾਈਨ ਹੈ ਉਹ ਕਰਨਾ, ਅਤੇ ਅੱਜ ਵਿਧਾਇਕ ਦਲ ਦੀ ਮੀਟਿੰਗ 'ਚ ਆਤਸ਼ੀ ਜਿਹੜੇ ਮੁੱਖ ਮੰਤਰੀ ਚੁਣ ਗਏ ਆ, ਅਤੇ ਸਾਡੇ ਸਾਰਿਆਂ ਵੱਲੋਂ ਸ਼ੁਭਕਾਮਨਾਵਾਂ ਉਹਨਾਂ ਨੂੰ। ਅਤੇ ਉਹਨਾਂ ਨੇ ਵੀ ਕਿਹਾ ਵੀ ਜੋ ਦਿੱਲੀ ਦੇ ਲੋਕਾਂ ਦੇ ਕੰਮ ਜਿਹੜੇ ਉਹ ਚੱਲ ਰਹੇ ਸੀ ਉਹ ਉਸੇ ਤਰ੍ਹਾਂ ਚੱਲਦੇ ਰਹਿਣਗੇ। ਮੈਂ ਅਰਵਿੰਦ ਜੀ ਮੇਰੇ ਗੁਰੂ ਨੇ, ਮਾਰਗਦਰਸ਼ਨ ਹੈ, ਮੈਂ ਉਹਨਾਂ ਦੇ ਮਤਲਬ ਕਿ ਜੋ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੂੰਗੀ ਅਤੇ ਦਿੱਲੀ ਦੇ ਲੋਕਾਂ ਦੀ ਸੇਵਾ ਜਿਹੜੀ ਆ ਉਹ ਕਰੂੰਗੀ। ਅਤੇ ਬਾਕੀ ਉਹਨਾਂ ਨੇ ਕਿਹਾ ਵੀ ਮੈਂ ਉਨਾ ਟਾਈਮ ਇਸ ਕੁਰਸੀ 'ਤੇ ਹਾਂ ਜਿੰਨਾ ਟਾਈਮ ਦਿੱਲੀ ਦੇ ਲੋਕ ਦੁਬਾਰਾ ਚੁਣ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਕੁਰਸੀ 'ਤੇ ਜਿਹੜਾ ਉਹ ਨਹੀਂ ਬਿਠਾਉਂਦੇ। ਅਤੇ ਸਾਨੂੰ ਪੂਰੀ ਉਮੀਦ ਹੈ, ਕਿਉਂਕਿ ਜਿਸ ਲਈ ਅਰਵਿੰਦ ਜੀ ਨੇ ਰਿਜ਼ਾਈਨ ਵੀ ਕੀਤਾ, ਕਿ ਇਹ ਲੜਾਈ ਜਿਹੜੀ ਹੈ ਇਕੱਲੀ ਐਤਕੀ ਦਿੱਲੀ 'ਚ ਜਿੱਤ ਹਾਰ ਦੀ ਲੜਾਈ ਨਹੀਂ, ਜੋ ਅਰਵਿੰਦ ਕੇਜਰੀਵਾਲ ਜੀ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਜੋ ਸਭ ਤੋਂ ਵੱਡੀ ਕ੍ਰੈਡੀਬਿਲਟੀ ਸੀ ਇਮਾਨਦਾਰੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਐਤਕੀ ਉਸੇ ਦੀ ਲੜਾਈ ਹੈ। ਅਰਵਿੰਦ ਜੀ ਨੇ ਕਿਹਾ ਵੀ ਮੈਂ ਲੋਕਾਂ 'ਚ ਲੈ ਕੇ ਹੀ ਜਾਣਾ ਵੀ ਜੇ ਮੈਂ ਇਮਾਨਦਾਰ ਹਾਂ ਮੈਨੂੰ ਵੋਟ ਪਾ ਦਿਓ, ਨਹੀਂ ਨਾ ਪਾਇਓ। ਅਤੇ ਮੈਨੂੰ ਉਮੀਦ ਹੈ, ਕਿਉਂਕਿ ਸਾਰੇ ਲੋਕ ਜਿਹੜੇ ਆ ਜਾਣਦੇ ਆ, ਇਸ ਕਰਕੇ ਵਿਰੋਧੀ ਲਗਾਤਾਰ ਬਖਲਾਹਟ 'ਚ ਵੀ ਆਏ ਹੋਏ, ਲਗਾਤਾਰ ਬਿਆਨਬਾਜ਼ੀ ਕਰ ਰਹੇ ਆ, ਕਿ ਅਰਵਿੰਦ ਜੀ ਦੇ ਇਸ ਬਿਆਨ ਦਾ, ਜੋ ਇਹ ਲੜਾਈ ਲੋਕਾਂ 'ਚ ਗਲੀ ਗਲੀ ਲੈ ਕੇ ਜਾਣੀ ਹੈ ਵੀ ਜੇ ਮੈਂ ਇਮਾਨਦਾਰ ਹਾਂ ਮੈਨੂੰ ਵੋਟ ਪਾਇਓ, ਇਹਦਾ ਕੋਈ ਬੀਜੇਪੀ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਕੋਲੋਂ ਕੋਈ ਤੋੜ ਹੀ ਨਹੀਂ ਹੋਣਾ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਬੜੇ ਵੱਡੇ ਮੈਂਡੇਟ 'ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤ ਦਰਜ ਉੱਥੋਂ ਕਰੂਗੀ। ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ 5 ਮਹੀਨੇ ਦੀ ਜਿਹੜੀ ਕੈਦ ਕੱਟ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਕੇ। ਅਤੇ ਕੈਦ ਕਟਾਈ ਕਿਹਨੇ ਆ ਜੀ? ਕੈਦ ਸਿਰਫ ਤੁਸੀਂ ਇੱਕ ਸਿਆਸੀ ਬਦਲਾਖੋਰੀ ਦੇ ਤਹਿਤ ਤੁਸੀਂ ਕੈਦ ਕਟਾਈ ਹੈ, ਕਿਹਦੇ ਕਹਿਣ 'ਤੇ? ਜਿਹੜੇ ਬੰਦੇ ਤੋਂ ਬੀਜੇਪੀ 60 ਕਰੋੜ ਰੁਪਇਆ ਫੰਡ ਲੈਂਦੀ ਹੈ, ਜੋ 6 ਮਹੀਨੇ ਤੱਕ ਅਰਵਿੰਦ ਕੇਜਰੀਵਾਲ ਜੀ ਦੇ ਅਗੇਂਸਟ ਗਵਾਹੀ ਨਹੀਂ ਦਿੰਦਾ, ਜਦੋਂ ਉਹਦੇ ਮੁੰਡੇ ਨੂੰ ਅਰੈਸਟ ਕਰ ਲਿਆ ਜਾਂਦਾ ਅਤੇ ਉਹਨੂੰ ਕਿਹਾ ਜਾਂਦਾ ਵੀ ਪੈਸੇ ਵੀ ਦੇ ਅਤੇ ਅਰਵਿੰਦ ਕੇਜਰੀਵਾਲ ਦੇ ਅਗੇਂਸਟ ਗਵਾਹੀ ਦੇ, ਫਿਰ ਤੈਨੂੰ ਅਤੇ ਤੇਰੇ ਮੁੰਡੇ ਨੂੰ ਛੱਡਾਂਗੇ। ਤਾਂ ਉਹਨੇ ਗਵਾਹੀ ਵੀ ਦਿੱਤੀ 6 ਮਹੀਨਿਆਂ ਬਾਅਦ, ਅਤੇ 60 ਕਰੋੜ ਰੁਪਇਆ ਵੀ ਦਿੱਤਾ ਉਹਦਾ। ਜਦੋਂ ਹੁਣ ਇਹਨਾਂ ਨੂੰ ਨਾਮ ਨਸ਼ਰ ਕਰਨੇ ਪੈ ਗਏ ਵੀ ਕਿਹੜੇ ਕਿਹੜੇ ਬੰਦਿਆਂ ਤੋਂ ਫੰਡ ਜਿਹੜੇ ਆ ਉਹ ਲਏ ਆ, ਤਾਂ ਕਰਕੇ ਸਾਹਮਣੇ ਆ ਗਏ ਵੀ 60 ਕਰੋੜ ਰੁਪਇਆ ਇਹਨਾਂ ਨੇ ਲਿਆ, ਅਤੇ ਦੋਸ਼ੀ ਤੁਸੀਂ ਕਹਿੰਦੇ ਅਰਵਿੰਦ ਕੇਜਰੀਵਾਲ ਹੈ। ਸੋ ਇਹਨਾਂ ਨੇ ਫੰਡ ਵੀ ਲਿਆ, ਉਸੇ ਬੰਦੇ ਤੋਂ ਬਿਆਨ ਵੀ ਦਵਾਏ ਤਾਂ ਕਿ ਕਿਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਰੱਖਿਆ ਜਾਵੇ। ਇਹਨਾਂ ਦੀ ਤਾਂ ਪਲੈਨਿੰਗ ਇਹ ਸੀ ਵੀ ਅਸੀਂ ਦਿੱਲੀ ਦੀ ਜਿਹੜੀ ਇਲੈਕਸ਼ਨ ਹੈ ਉਹ ਕਿਸੇ ਤਰੀਕੇ ਨਾਲ ਕੱਢ ਦੀ ਵੀ ਅਰਵਿੰਦ ਕੇਜਰੀਵਾਲ ਅੰਦਰ ਹੀ ਰਹੇ। ਇਹ ਤਾਂ ਅਸੀਂ ਮਾਣਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉੱਥੇ ਝਾੜ ਵੀ ਪਾਈ ਅਤੇ ਕਿਹਾ ਵੀ CBI ਜਿਹੜੀ BJP ਦਾ ਪਿੰਜਰੇ ਦਾ ਤੋਤਾ ਬਣ ਕੇ ਜਿਹੜੀ ਕੰਮ ਹੈ ਉਹ ਕਰ ਰਹੀ ਹੈ। ਅਤੇ ਉਹਦੇ 'ਤੇ ਬੜੀਆਂ ਗੱਲਾਂ ਸਪਸ਼ਟ ਹੋ ਗਈਆਂ ਵੀ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਕੇਸ ਜਿਹੜਾ BJP ਦੇ ਕਹਿਣ 'ਤੇ CBI ਅਤੇ ED ਨੇ ਜਿਹੜਾ ਉਹ ਪਾਇਆ ਸੀ। ਇਸੇ ਕਰਕੇ ਤਾਂ ਅਸੀਂ ਲੋਕਾਂ ਦੇ ਵਿੱਚ ਆਇਆ ਵੀ ਭਾਈ ਚਲੋ ਮਾਣਯੋਗ ਅਦਾਲਤ ਨੇ ਭਾਵੇਂ ਰਾਹਤ ਉੱਥੋਂ ਦੇ ਦਿੱਤੀ, ਭਾਵੇਂ ਕਹਿ ਕੇ ਵੀ CBI ਪਿੰਜਰੇ ਦਾ ਤੋਤਾ ਇੱਕ ਤਰ੍ਹਾਂ ਕਹਿਤਾ ਵੀ ਇਹ ਸਾਰਾ ਪੋਲੀਟੀਕਲੀ ਮੋਟੀਵੇਟਡ ਹੈ, ਪਰ ਫਿਰ ਵੀ ਹਜੇ ਫਾਈਨਲ ਜੱਜਮੈਂਟ ਆਉਣ ਨੂੰ, ਫਾਈਨਲ ਕਲੀਨ ਚਿੱਟ ਮਿਲਣ ਨੂੰ ਹਜੇ 20 ਸਾਲ ਲੱਗ ਜਾਣ ਉੱਥੇ। ਪਰ ਮੁੱਖ ਮੰਤਰੀ ਦੀ ਕੁਰਸੀ 'ਤੇ ਤਾਂ ਹੀ ਬੈਠਾਂਗੇ ਜੇ ਦਿੱਲੀ ਦੇ ਲੋਕ ਕਹਿਣਗੇ ਵੀ ਭਾਈ ਤੂੰ ਇਮਾਨਦਾਰ ਹੈ, ਕਿਉਂਕਿ ਇਮੇਜ 'ਤੇ ਡੰਡ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਲੜਾਈ ਜਿੱਤ ਹਾਰ ਦੀ ਨਹੀਂ, ਲੜਾਈ ਜਿਹੜੀ ਸਭ ਤੋਂ ਵੱਡੀ ਕ੍ਰੈਡੀਬਿਲਟੀ ਹੈ ਸਾਡੀ ਵੀ ਇਮਾਨਦਾਰੀ ਵਾਲੀ, ਉਹਨੂੰ ਕਹਿ ਲਓ ਉਸੇ ਨੂੰ ਲੈ ਕੇ ਜਿਹੜੀ ਲੜਾਈ ਆ ਉਹ ਲੜਨੀ ਹੈ। ਸਾਹਮਣੇ ਹੁਣ ਹਰਿਆਣਾ ਇਲੈਕਸ਼ਨ ਵੀ ਆ, ਉਸ ਤੋਂ ਬਾਅਦ ਦਿੱਲੀ ਦੇ ਇਲੈਕਸ਼ਨ ਵੀ ਆ ਰਹੇ ਆ, ਉਹ ਲੜਾਈ ਕਿਵੇਂ ਵੇਖ ਰਹੇ? ਹਰਿਆਣਾ ਇਲੈਕਸ਼ਨ 'ਚ ਕਿਉਂਕਿ ਮੈਨੂੰ ਇਹ ਲੱਗਦਾ, ਮੈਂ ਹਰਿਆਣਾ 'ਚ ਜਾ ਕੇ ਮੈਂ ਤਾਂ ਲੋਕਾਂ ਨੂੰ ਬੇਨਤੀ ਵੀ ਕਰਕੇ ਤੁਹਾਡੇ ਰਾਹੀਂ ਵੀ ਕਰਦਾ, ਕਿਉਂਕਿ ਅੱਜ ਹਰਿਆਣੇ ਦਾ ਪੁੱਤ ਇਕੱਲਾ ਪੂਰੇ ਦੇਸ਼ 'ਚ ਇਮਾਨਦਾਰੀ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਆ। ਸਾਰੇ ਦੇਸ਼ 'ਚ ਤੁਸੀਂ
ਪੂਰੇ ਦੇਸ਼ 'ਚ ਘੁੰਮ ਕੇ ਦੇਖ ਲਓ, ਬੜੀ ਜਗ੍ਹਾ ਜਿੱਥੇ BJP CBI ਦੀ ਵਰਤੋਂ ਕਰਦੀ ਹੈ, ED ਦੀ ਵਰਤੋਂ ਕਰਦੀ ਹੈ, ਲੀਡਰਾਂ ਨੂੰ ਅੰਦਰ ਕਰਦੀ ਹੈ, ਤਾਂ ਗੋਡੇ ਟੇਕ ਕੇ BJP ਦਾ ਪੱਟਾ ਜਿਹੜਾ ਉਹ ਗਲ 'ਚ ਪਵਾ ਲੈਂਦੇ ਆ। ਜੇ ਕਿਸੇ ਨੇ ਗੋਡੇ ਨਹੀਂ ਟੇਕੇ ਤਾਂ ਹਰਿਆਣੇ ਦੇ ਪੁੱਤ ਨੇ ਅਰਵਿੰਦ ਕੇਜਰੀਵਾਲ ਨੇ ਨਹੀਂ ਟੇਕੇ ਅਤੇ ਤਕੜਾ ਹੋ ਕੇ ਸਾਰੇ ਦੇਸ਼ ਜਿਹੜੀ ਲੜਾਈ ਹੈ ਉਹ ਲੜ ਰਿਹਾ। ਸੋ ਅੱਜ ਹਰਿਆਣੇ ਵਾਸੀਆਂ ਦਾ ਫਰਜ਼ ਬਣਦਾ ਕਿ ਆਪਦੇ ਪੁੱਤ ਦੇ ਨਾਲ, ਮੁੰਡੇ ਦੇ ਨਾਲ ਖੜਨ ਅਤੇ ਇਸ ਬਦਲਾਅ ਦੀ ਲੜਾਈ 'ਚ ਸਾਥ ਦੇਣ। ਬਹੁਤ ਬਹੁਤ ਧੰਨਵਾਦ। ਤਾਂ ਕਹਿ ਸਕਦੇ ਕਿ ਅੱਜ ਜਿਹੜੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ LG ਨੂੰ ਅਸਤੀਫਾ ਦੇਣਗੇ, ਉਸ ਤੋਂ ਬਾਅਦ ਜੋ ਅਤਿਸ਼ੀ ਨੇ ਉਹ ਉਸ ਤੋਂ ਬਾਅਦ ਕਹਿ ਸਕਦੇ ਕਿ ਮੁੱਖ ਮੰਤਰੀ ਵਜੋਂ ਸਹੁੰ ਚੱਕਣੇ।